ਸਵਾਗਤ ਹੈ ਕਿਸਾਨ ਵੀਰੋ ਤੁਹਾਡਾ ਆਪਣੇ ਯੂਟਿਊਬ ਚੈਨਲ ਢਿੱਲੋਂ ਡੇਅਰੀ ਫਾਰਮ ਬਰਨਾਲਾ ਦੇ ਵਿੱਚ। ਸੋ ਜਿਹੜੇ ਕਿਸਾਨ ਵੀਰ ਆਪਣੇ ਇਸ ਯੂਟਿਊਬ ਚੈਨਲ 'ਤੇ ਵੀਡੀਓ ਪਹਿਲੀ ਵਾਰ ਦੇਖ ਰਹੇ ਆ, ਉਹਨਾਂ ਰਿਕੁਐਸਟ ਹੈ ਕਿ ਆਪਣੇ ਯੂਟਿਊਬ ਚੈਨਲ ਜੋ ਸਬਸਕ੍ਰਾਈਬ ਕਰ ਲਿਓ। ਸੋ ਕਿਸੇ ਵੀ ਵੀਰ ਨੇ ਇੱਦਾਂ ਦੀ ਐਡ ਕਰਵਾਉਣੀ ਹੋਵੇ ਤਾਂ ਮੇਰਾ ਨੰਬਰ ਹੈ 8420709817। ਸੋ ਅੱਜ ਦੀ ਵੀਡੀਓ ਵਿੱਚ ਆਪਾਂ ਸਾਰੀਆਂ ਚੀਜ਼ਾਂ ਦਿਖਾਵਾਂਗੇ। ਨੀਲੀ ਰਾਵੀ ਮੱਝ ਤਾਜ਼ੀ ਸਵੇਰੀ ਬੱਚਾ ਪਿਓਰ ਨੀਲੀ ਰਾਵੀ ਦਾ ਗਾਂ ਕੁਝ ਕੁ ਦਿਨਾਂ ਦੀ ਕੱਚੀ, ਦੋ ਤੋਕੜਾ ਗੱਪਣਾ ਚੈੱਕ ਪਾਸ। ਤੋਕੜਾ ਗੱਪਣਾ ਬਹੁਤ ਫੋਨ ਆਉਂਦਾ ਜੀ, ਤੋਕੜਾ ਗੱਪਣਾ ਲੈਣੀ ਆ, ਡਾਕਟਰ ਨਾਲ ਲੈ ਕੇ ਚੈੱਕ ਕਰਾ ਕੇ ਤਸੱਲੀ ਕਰਕੇ ਲੈ ਕੇ ਜਾਓ। ਡਿਟੇਲ ਵੀਰ ਤੋਂ ਪਹੁੰਚਦੇ ਹਾਂ। ਸਤਿ ਸ਼੍ਰੀ ਅਕਾਲ ਬਾਈ ਜੀ। ਸਤਿ ਸ਼੍ਰੀ ਅਕਾਲ ਬਾਈ। ਨਾਮ ਐਡਰੈਸ ਦੱਸਿਓ ਆਪਣੇ। ਨਾਮ ਬਾਈ ਸ਼ੀਰਾ, ਪਿੰਡ ਫਤਿਹਗੜ੍ਹ ਸਰਨਾ, ਜ਼ਿਲ੍ਹਾ ਬਰਨਾਲਾ। ਮੋਬਾਈਲ ਨੰਬਰ ਆਪਣਾ 8146617809। ਜਿਹੜੇ ਆਪਾਂ ਪਹਿਲੇ ਨੰਬਰ ਤੇ ਮੱਝ ਦੇਖੀ ਜਾਂਦੇ ਆ, ਕਿਹੜਾ ਸੂਆ ਸੂਈ ਹੈ? ਤੀਜਾ ਸੂਆ ਸੂਈ ਹੈ ਬਾਈ। ਕਦੋਂ ਸੂਈ ਹੈ? ਨਿਸ਼ਾਨੀ ਸਾਰੇ ਕਵਰ ਕਰਦਾ ਹਨਾ? ਠੀਕ ਹੈ। ਸੂਆ ਸੂਈ ਸੁਬਰੋ ਚਵਾਈ ਦੇਖੋ, ਧਾਰਾ ਵਗੈਰਾ ਪੂਰੀਆਂ ਮੋਟੀਆਂ ਮੋਟੀਆਂ ਸਾਫ ਸੁਥਰੀਆਂ, ਤੇ ਬਾਕੀ ਠੰਡੀ ਸੀਲ ਦਾ ਵੀਰੇ ਕੋਈ ਅੰਤਰੀ ਆਣਾ ਜਾਵਾ ਪੂਰੀ ਬਾਈ ਦੇ, ਤੇ ਥਣ ਮੁੱਠੀ ਆ ਚਵਾਈ ਦੀ ਨਰਮ ਆ ਜਾਵਾ ਕੋਈ ਵਧੀਆ ਆਣਾ ਪੂਰੀ ਨਰਮ। ਠੀਕ ਹੈ। ਸੋ ਚਵਾਈ ਦੇਖੋ ਪੂਰੀ ਇੱਕ ਨੰਬਰ ਜਮਾ ਸਾਫ ਸੁਥਰੀ, ਬਸ ਠੀਕ ਆ। ਓਕੇ ਆ, ਧਾਰਾ ਮਾਰ ਕੇ ਮੋਟਾ ਥਾਣਾ ਮੁੱਠੀ ਵਾਲਾ ਥੋੜੀ ਜਿਹੀ ਪਾਲਾ ਗਾ ਥਾਣਾ ਤੇ ਉਹ ਕਰੀ ਜਿਹੜੀ ਆਪਾਂ ਜਿਹੜੀ ਖੜੀ ਹੈ। ਠੀਕ ਹੈ। ਤੇ ਬਾਕੀ ਚੌੜੀ ਚੂੜੀ ਰਾਜੀ ਬੜੀ ਬਹੁਤ ਜ਼ਿਆਦਾ ਹੈ ਨਾ ਬਾਈ, ਪੂਰੀ ਚੰਗੀ ਹੈ ਜਿੰਨੀ ਤੋਰੀ ਬਾਹਰ ਨੂੰ। ਸੋ ਵੀਰੋ ਕੱਦ ਕਾਠ ਵਗੈਰਾ ਦੇਖ ਸਕਦੇ, ਪੂਰੀ ਰਾਜੀ ਸਮੀ ਬੜੀ ਵੀ ਮੈਂ ਆ। ਤੀਜਾ ਸੂਆ ਸੂਈ ਆ, ਪਿਓਰ ਨੀਲੀ ਰਾਵੀ ਦੇ ਵਿੱਚ ਆ ਗਈ। ਧਾਰਾ ਵੀਰ ਨੇ ਮਾਰ ਕੇ ਦਿਖਾ ਦਿਆਂ ਸੂਈ ਸਵਾਈ, ਮੂੰਹ ਤੇ ਟੇਢਾ ਕਾਢਾ ਬੱਗੇ ਮੂੰਹ 'ਚ ਆ ਗਈ, ਸਿੰਘ ਕੁੰਡਾ ਜਮਾ ਸਾਫ਼ ਸੁਥਰਾ। ਫੁੱਲੇਵਾ ਵਗੈਰਾ ਦੇਖੋ, ਸੋਹਣਾ ਸਾਫ਼ ਸੁਥਰਾ ਵਧੀਆ ਬਣੀ ਹੋਈ ਆ। ਦੋ ਢਾਈ ਕਿਲੋ ਬੋਲਾ ਇਹਦਾ ਚੋਇਆ ਹੋਇਆ ਬੱਚਾ ਰਜਾ ਕੇ, ਅਤੇ ਬੱਚਾ ਆ ਗਿਆ ਮੇਲ ਕਾਫੇ ਦੇ ਪਿੱਛੇ ਤਰਨਾੜ ਸਾਂਢ ਦਾ ਬੱਚਾ। ਅਤੇ ਰੇਟ ਬਾਈ ਇਹਦਾ ਕੀ ਰਹੂਗਾ? ਰੇਟ ਬਾਈ ਇਹਦਾ ਫੋਨ 'ਤੇ ਕਰ ਲਾਂਗੇ। ਜਾਇਜ਼ ਹੋਊ ਜਮਾ? ਜਮਾਂ ਜਾਇਜ਼ ਹੋਊਗਾ ਬਾਈ, ਜੀ ਮੰਨ ਕੇ ਚੱਲਣ ਲੱਗੇ ਵਧੀਆ ਕੱਟੀਆਂ ਲੈਣੀਆਂ ਨੇ ਹਨਾ, ਵਧੀਆ ਉਹ ਲੈਣੀਆਂ ਨੇ, ਉਹ ਵਧੀਆ ਬੱਚੇ ਦੇ ਨਾਲ ਹੀ ਮੱਝ ਆ ਗਈ ਹਨਾ। ਠੀਕ ਹੈ, ਬਹੁਤ ਚੰਗੇ ਬੱਚੇ ਲਾਉਂਦੇ ਅੱਗੇ ਆਪਾਂ ਕੱਚੀ ਬੈਠ ਦੇਖੀਏ ਨਾ ਤੇਰੀ ਹਨਾ, ਕਿੰਨੇ ਕੁ ਦਿਨ ਦੀ ਕੱਚੀ ਹੈ ਇਹ? ਇਹ ਬਾਈ ਹਜੇ ਇਹਦੇ ਮੰਨ ਲਈ 20 ਦਿਨ ਬਾਕੀ ਹੈ ਹਨਾ। ਸੂਆ ਕਿਹੜਾ ਸੁਣਦੀ ਹੈ? ਸੂਆ ਬਾਈ ਦੂਜਾ ਸੂਆ। ਕਿੰਨਾ ਕੁ ਦੁੱਧ ਪਾ ਦੂਗੀ ਇਹ ਬਾਈ? ਆਪਣੇ ਕੋਲ ਪਹਿਲੇ ਸੂਆ ਜਿਹੜੇ ਘਰੇ ਕੱਢਿਆ ਹੈਗਾ 17-18 ਕਿਲੋ ਕੱਢਿਆ, ਮੰਨ ਕੇ ਚੱਲੇ 20 ਦੇ ਘਰ ਵਾਲੀ ਹੈਗੀ ਆ, 20 ਕਿਲੋ ਆਰਾਮ ਨਾਲ ਦੇ ਦੇ ਪਰ ਕੱਚੀ ਵਾਲੇ ਹਨਾ, ਖੂਨ ਦੀ ਮਾਰਦੀ ਸੀ ਠੰਡੀ ਪੂਰੀ ਆ। ਠੀਕ ਹੈ। ਇਹਦਾ ਰੇਟ ਕੀ ਰਹਿਣਾ? ਇਹਦਾ ਰੇਟ 50,000 ਕਰ ਦਿਆ ਬਾਈ, ਮਾਨਦਾਨ ਹੋ ਜਾਊਗਾ, ਮਾਨਦਾਨ ਹੋ ਜਾਊਗਾ। ਸੋਬਰੋ ਮੂੰਹ ਮੱਥਾ ਫੇਸ ਕੁਆਲਿਟੀ ਵਗੈਰਾ ਦੇਖੋ, ਕਰੋਸ ਬਹਿੜਾ ਦੂਜਾ ਸੂਆ ਮਾਲਕਾਂ ਨੇ ਦੱਸਿਆ, ਅਜੇ 20 ਦਿਨ ਬਾਕੀ ਆ, 2-4 ਦਿਨ ਉੱਪਰ ਥੱਲੇ ਲੈ ਸਕਦੀ ਆ। ਮੁੱਲ ਸਿਰਫ 50,000 ਰੁਪਇਆ, 50,000 ਰੁਪਏ ਸਿਰਫ ਇਹਦੀ ਕੀਮਤ ਆ। ਪਲੀ ਪੁਲੀ ਵੀ ਚੰਗੀ ਆ, 50,000 ਦੇ ਵਿੱਚੋਂ ਗੁੰਜਾਇਸ਼ ਹੋ ਜੂਗੀ। ਸੋ ਲੇਵਾ ਵਗੈਰਾ ਦੇਖੋ, ਉਹਨਾਂ ਸਾਫ਼ ਸੁਥਰਾ ਫਿੱਟ ਫਾੜ ਲੇਵਾ, ਫਿਟਿੰਗ ਵਾਲਾ 16 ਕੁ ਲੀਟਰ ਮੰਨ ਕੇ ਲੈ ਲਓ, ਇੰਨਾ ਕੁ ਮੂੰਹ ਮੱਥਾ ਦੇ ਕੇ ਪਤਾ ਲੱਗਦਾ ਕਿ ਚੱਲ ਜੂ, ਇੰਨਾ ਕੁ 50 ਦੇ ਵਿੱਚੋਂ ਮਾਨਦਾਨ ਹੋ ਜੂਗਾ। ਅਤੇ ਜਿਹੜੀ ਪਹਿਲਾ ਨੰਬਰ 'ਤੇ ਆਪਾਂ ਗੱਬਣ ਤੋਕੜ ਦੇਖੀ ਇਹਨੇ, ਕਿਹੜਾ ਸੂਆ ਸੂਈ ਵੀ ਆ? ਇਹ ਬਾਈ ਤੀਜਾ ਸੂਆ ਸੂਈ ਵੀ ਆ। ਹੁਣ ਚੌਥੇ ਲਈ ਗੱਬਣਾ? ਚੌਥੇ ਲਈ ਹਾਂ, ਹੋ ਸਕਦਾ ਇਹ ਤੀਜੀ ਲਈ ਗੱਬਣ ਤੇ ਲੈਤੀ ਹੋਈ ਸੀਗੀ ਹਨਾ। ਠੀਕ ਹੈ, ਦੂਜਾ ਮਰ ਜਾਂ ਤੀਜਾ ਮਰ ਲੈ। ਠੀਕ ਹੈ। ਦੁੱਧ ਕਿੰਨਾ ਹੋਣਾ ਇਸ ਲਈ?
ਰੇਟ ਵੇਚਣੀ ਕਿੰਨੇ ਦੀ ਹੈ? 60 ਦੀ ਹੋ ਜੂਗੀ। ਤੂਰੀ ਬਾਹਰ ਨੂੰ 60,000 ਦੇ ਵਿੱਚ ਤੋਕੜ ਗੱਬਣ ਚੈੱਕ ਪਾਸ 2.5 ਮਹੀਨਿਆਂ ਦੀ 2.5 ਕਿਲੋ ਟਾਈਮ ਦਾ ਦੁੱਧ ਆ। ਠੀਕ ਹੈ, ਸੋ ਮੂੰਹ ਮੱਥਾ ਦੇ ਦਿਓ, ਸਿੰਗ ਥੋੜ੍ਹਾ ਜਿਹਾ ਖੁੱਲ੍ਹਾ ਹੈਗਾ। 5 ਲੀਟਰ ਦੁੱਧ ਆ, 2.5 ਮਹੀਨਿਆਂ ਦੀ ਗੱਬਣ ਚੈੱਕ ਪਾਸ ਕਨਫਰਮ ਆ। ਡਾਕਟਰ ਆਪਦਾ ਨਾਲ ਲੈ ਕੇ ਆਉਣਾ, ਚੈੱਕ ਕਰਾ ਕੇ ਤਸੱਲੀ ਕਰਕੇ ਲੈ ਕੇ ਜਾਇਓ। ਸੁਬਾ ਤੀਜਾ ਸੂਈ ਵਿੱਚ ਉੱਥੇ ਲਈ ਗੱਬਣਾ। ਮੂੰਹ ਮੱਥਾ ਦੇਖੋ ਅਤੇ ਤਾਜ਼ਾ ਦੁੱਧ ਕਿੰਨਾ ਕਿਸੇ ਦਾ? ਸੋ 12 ਕਿਲੋ ਦੁੱਧ ਵਾਲੀ ਮੈਂ ਤਾਜ਼ੀ ਸੂਈ ਵੀ ਸੀ ਜਦੋਂ, ਹੁਣ ਧੋਕੜ ਗੱਬਣ ਚੈੱਕ ਪਾਸ 2.5 ਮਹੀਨਿਆਂ ਦੀ, ਅਤੇ ਥਣਾਂ ਦੀ ਸਾਫ਼ ਸੁਥਰੀ ਆ ਪੂਰੀ, ਕਿਸੇ ਪਾਸੇ ਹੱਥ ਪੁਰਾਣੀ। ਹੁਣ ਸ਼ਾਮ ਦਾ ਟਾਈਮ ਚਵਾਈ ਜੀ ਹੋਣੀ ਹੈ। ਠੀਕ ਹੈ, ਅਤੇ ਅੱਗੇ ਜਿਹੜੀ ਆਪਾਂ ਨਾਲ ਬੈਠ ਦੇਖੀ ਜਾਂਦੇ ਮੱਝ ਖੜੀ, ਦੁੱਧ ਕਿੰਨਾ ਥੱਲੇ ਜੀ? ਦੁੱਧ ਬਾਈ 65,000 ਦੀ 4 ਮਹੀਨੇ ਤੋਂ ਉੱਪਰ ਦੀ ਕੱਢਣਾ। ਠੀਕ ਹੈ, ਦੇਣੀ ਆਪਾਂ 65,000 ਦੀ ਆ। ਸੋ 65,000 ਦੀ ਠੀਕ ਹੈ। ਸੋ ਥਾਲੇ ਵੀ ਚੰਗੀ ਆ, ਹੁਣ ਸਵੇਰੇ ਚੋਣੇ ਕਿ ਸ਼ਾਮ ਨੂੰ ਆਪਾਂ? ਠੀਕ ਹੈ, ਸਵੇਰੇ ਚੋਣੇ ਆਪਾਂ ਇਹਨੂੰ। ਸੋ ਆਪਾਂ ਦੋ ਦਿਖਾਉਂਦੇ ਤੋਕੜਾ ਕੱਪੜਾ ਚੈੱਕ ਪਾਸ, ਇੱਕ ਬੈਠ ਤੇ ਇੱਕ ਨੀਲੀ ਦਾ ਵੀ ਮੱਝ, ਪਿੰਡ ਫਤਿਹਗੜ੍ਹ ਸੰਨਾ, ਜ਼ਿਲ੍ਹਾ ਬਰਨਾਲਾ। ਵੀਡੀਓ